ਤੁਹਾਡਾ? ਬਲਜਿੰਦਰ ਸਿੰਘ। ਕੀ ਕਹਿਣਾ ਚਾਹੋਗੇ ਧੁੰਦ ਬਹੁਤ ਜ਼ਿਆਦਾ ਅੱਜ? ਸਰ ਕਹਿਣਾ ਇਹੋ ਵੀ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ, ਸਵੇਰੇ ਸੁੱਖ ਤੇ ਠੰਡ ਦੇ ਵਿੱਚ ਉੱਠਣਾ ਪੈਂਦਾ, ਪਰੇਸ਼ਾਨੀ ਬਹੁਤ ਹੈ ਧੁੰਦ ਦਾ ਕਰਕੇ। ਅਤੇ ਅਸੀਂ ਤਾਂ ਆਖਣ ਸਾਡਾ ਆਹ ਹਾਲ ਆ, ਇੱਥੇ ਦੇ ਜਿਹੜੇ ਕਿਸਾਨ ਉੱਥੇ ਬੈਠੇ ਉਹਨਾਂ ਦਾ ਕੀ ਹਾਲ ਹੋਊਗਾ? ਸਰਕਾਰ ਨੂੰ ਪਹੁੰਚਾਈਦਾ ਉਹਨਾਂ ਦੀ ਸੁਣਵਾਈ ਕਰਨ, ਉਹਨਾਂ ਦੇ ਬਾਰੇ ਜੋ ਵੀ ਆ ਫੈਸਲਾ ਸਹੀ ਕਰਨ, ਉਹ ਆਪਣੇ ਘਰਾਂ ਨੂੰ ਜਾਣ। ਮਨਜਿੰਦਰ ਸਿੰਘ ਕੀ ਕਹਿਣਾ ਚਾਹੋਗੇ? ਧੁੰਦ ਕਰਕੇ ਬੜੀ ਪਰੇਸ਼ਾਨੀ ਆ ਰਹੀ ਹੈ, ਦਿਖਾਈ ਨਹੀਂ ਦਿੰਦਾ ਕੁਛ ਵੀ? ਨਹੀਂ ਦਿਖਾਈ ਨਹੀਂ ਦੇ ਰਿਹਾ। ਕਿਸ ਤਰ੍ਹਾਂ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ? ਹੌਲੀ ਹੌਲੀ ਚਲਾ ਰਹੇ? ਹਾਂਜੀ ਹਾਂਜੀ, ਬਹੁਤ ਹੌਲੀ ਹੌਲੀ ਚਲਾ ਰਹੇ। ਕਿਆ ਕਹਿਣਾ ਚਾਹੇਗਾ? ਸਰਦੀ ਬਹੁਤ ਬੜ ਗਈ, ਧੁੰਦ ਵੀ ਬਹੁਤ ਜ਼ਿਆਦਾ ਅੱਜ। ਸਰਦੀ ਸਰ ਬਹੁਤ ਪੈ ਗਈ, ਕੈਸੇ ਗੁਜ਼ਾਰਾ ਹੋਏਗਾ? ਗਰੀਬ ਆਦਮੀ ਹੈ, ਕੈਸੇ ਗੁਜ਼ਾਰਾ ਕਰ ਰਹੇ? ਆ ਕੇ ਲਾ ਕੇ ਚਾਏ ਪੀ ਕੇ ਰਮਨ ਕੁਮਾਰ ਜੀ। ਸਰ ਜੀ ਠੰਡ ਵੱਧ ਰਹੀ, ਕੀ ਕਹਿਣਾ? ਠੰਡ ਵੱਧ ਜੀ ਜੀ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਜੀ, ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ। ਅਸੀਂ ਤਾਂ ਇੱਥੇ ਚਾਹ ਪੀ ਕੇ ਸਾਰ ਲੈਂਦੇ ਹਾਂ ਜੀ, ਕਾਰੋਬਾਰ ਬੰਦ ਹੋਏ, ਕਿਸਾਨ ਵਿਚਾਰੇ ਧਰਨਿਆਂ 'ਤੇ ਬੈਠੇ ਆ ਜੀ, ਉਹਨਾਂ ਬਾਰੇ ਸਰਕਾਰ ਸੋਚੇ ਜੀ ਕੁਛ? ਇੱਕ ਠੰਡ ਨਾਲ ਜੋ ਆ ਜੀ ਬਹੁਤ ਨੁਕਸਾਨ ਹੋ ਰਿਹਾ, ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ, ਉਹ ਐਕਸੀਡੈਂਟਾਂ ਨੂੰ ਰੋਕਣ ਵਾਸਤੇ ਸਰਕਾਰ ਨੂੰ ਵੱਧ ਤੋਂ ਵੱਧ ਸੜਕਾਂ ਬਣਾਉਣੀਆਂ ਚਾਹੀਦੀਆਂ ਜੀ, ਕੁਛ ਲਾਈਟਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ। ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਿਹੜਾ ਐਕਸੀਡੈਂਟ ਨੂੰ, ਵਿਚਾਰੇ ਬਹੁਤ ਵੀਰ ਜਿਹੜੇ ਜਾਨ ਗਵਾ ਚੁੱਕੇ ਆ, ਉਹਨਾਂ ਵੀਰਾਂ ਵਾਸਤੇ ਅਰਦਾਸ ਆ, ਬੇਨਤੀ ਆ ਸਰਕਾਰ ਵਾਸਤੇ ਵੀ, ਸਰਕਾਰ ਨੂੰ ਵੀ ਬੇਨਤੀ ਆ ਵੀ ਇਹਨਾਂ ਬਾਰੇ ਸੋਚੋ ਕੁਛ, ਜਾਨਾਂ ਜਾ ਰਹੀਆਂ ਜੋ, ਇਹਨਾਂ ਵਾਸਤੇ ਸੜਕਾਂ ਦਾ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ। ਚਾਹ ਦੇ ਪਿਆਲੇ ਚੱਲ ਰਹੇ? ਚਾਹ ਦੇ ਪਿਆਲੇ ਚੱਲ ਰਹੇ ਆ ਜੀ, ਠੰਡ ਕਰਕੇ ਜੀ, ਹੋਰ ਵਿਹਲੇ ਬੈਠੇ ਹਾਂ ਜੀ। ਕਿਸਾਨ ਵਿਚਾਰੇ ਜੀ ਧਰਨਿਆਂ 'ਤੇ ਗਏ ਆ, ਕਾਰੋਬਾਰ ਤਾਂ ਪਹਿਲਾਂ ਹੀ ਬੰਦ ਸੀਗੇ, ਹੋਰ ਠੰਡ ਨਾਲ ਕਾਰਨ ਹੋਰ ਜਿਹੜੇ ਆ ਕਾਰੋਬਾਰ ਬੰਦ ਹੋ ਚੁੱਕੇ ਆ, ਅਤੇ ਸਰਕਾਰ ਨੂੰ ਬੇਨਤੀ ਆ ਵੀ ਦਾ ਜਲਦੀ ਤੋਂ ਜਲਦੀ ਇਹਨਾਂ ਕਿਸਾਨਾਂ ਦਾ ਹੱਲ ਕੱਢਿਆ ਜਾਵੇ। ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ ਜੀ। ਕਿਆ ਨਾਮ ਹੈ ਜੀ? ਤਰਸਿਮ ਸਿੰਘ ਜੀ। ਕੀ ਕਹਿਣਾ ਚਾਹੁੰਦੇ ਜਿਹੜੀ ਧੁੰਦ ਵੱਧ ਰਹੀ ਸਰ? ਧੁੰਦ ਵੱਧ ਰਹੀ ਹੈ ਜੀ, ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਅੱਗੇ ਹੀ ਪ੍ਰੋਬਲਮ ਸੀ, ਕੰਮਾਂ ਕਾਰਾਂ ਤਾਂ ਅੱਗੇ ਨਹੀਂ ਸੀ ਹੈਗੇ, ਅਤੇ ਹੁਣ ਤਾਂ ਬਿਲਕੁਲ ਹੀ ਡਾਊਨ ਹੋ ਗਿਆ। ਅਤੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਕਿਸਾਨ ਵੀਰ ਭੈਣ ਭਰਾ ਉੱਥੇ ਗਏ ਆ, ਉਹਨਾਂ ਨੂੰ ਉੱਥੇ ਸਰਕਾਰ ਉਹਨਾਂ ਦੇ ਮਸਲਿਆਂ 'ਤੇ ਗੌਰ ਕਰੇ, ਉਹਨਾਂ ਨੂੰ ਜਲਦੀ ਤੋਂ ਜਲਦੀ ਘਰ ਆਉਣ, ਉਹ ਵੀ ਆਉਣ ਆਪਣੇ ਪਰਿਵਾਰਾਂ ਦੇ ਵਿੱਚ ਬੈਠਣ, ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਅਤੇ ਬਹੁਤ ਜ਼ਿਆਦਾ ਪ੍ਰੋਬਲਮ 'ਚ ਆ ਸਾਰੇ ਵੀਰ ਭੈਣ ਭਰਾ ਬੱਚੇ। ਇੰਨੀ ਠੰਡ ਦੇ ਵਿੱਚ ਤਾਂ ਵੈਸੇ ਹੀ ਤੁਹਾਨੂੰ ਪਤਾ ਕਿ ਇੰਨੀਆਂ ਜੈਕਟਾਂ ਕੋਟੀਆਂ ਪਾਉਣ ਦੇ ਬਾਵਜੂਦ ਉਹ ਦਿਨ ਵੀਰ ਭੈਣ ਭਰਾ ਵੇਖੋ ਅਤੇ ਕਿੱਦਾਂ ਦਿਨ ਕੱਟਦੇ ਹੋਣਗੇ। ਅਤੇ ਚਾਹ ਦੇ ਪਿਆਲੇ ਚੱਲ ਰਹੇ? ਹਾਂਜੀ ਹਾਂਜੀ ਚੱਲ ਰਹੇ ਆ ਜੀ। ਚਾਹ ਦੇ ਕਾਰੋਬਾਰ ਨੂੰ ਜੀ ਕਾਫੀ ਫਰਕ ਪਿਆ ਜੀ, ਅੱਗੇ ਵੀ ਕੰਮ ਕਰਦੇ ਪਹਿਲੇ ਹੀ ਘੱਟ ਸੀ, ਅਤੇ ਹੁਣ ਤਾਂ ਦਿਨੋਂ ਦਿਨ ਹੋਰ ਜ਼ਿਆਦਾ ਪ੍ਰੋਬਲਮ ਆਊਗੀ। ਅੱਗੇ ਠੰਡ ਕਰਕੇ ਵੈਸੇ ਵੀ ਲੋਕ ਘਰਾਂ ਤੋਂ ਬਾਹਰ ਘੱਟ ਨਿਕਲ ਰਹੇ ਆ, ਤੁਸੀਂ ਦੇਖ ਲਓ ਜਿਹੜੀ ਧੁੱਪ ਪੈ ਰਹੀ ਉਹਨਾਂ ਨੁਕਸਾਨ ਕਰਦੀ ਹੋਏ, ਨੁਕਸਾਨ ਐਕਸੀਡੈਂਟ ਬਹੁਤ ਜ਼ਿਆਦਾ ਵੱਧ ਜਾਣਗੇ ਜੀ ਹੁਣ। ਲੱਗਦਾ ਸਰਕਾਰ ਨੂੰ ਲਾਈਟਾਂ ਅਤੇ ਸੜਕਾਂ ਦਾ? ਹਾਂਜੀ ਲਾਈਟਾਂ ਲੂਟਾਂ ਦਾ ਇੰਤਜ਼ਾਮ ਕਰਨਾ ਚਾਹੀਦਾ। ਗੁਲਸ਼ਨ ਜੀ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਕੀ ਕਹਿਣਾ ਚਾਹੁੰਦੇ ਜੀ ਠੰਡ ਵੱਧ ਰਹੀ ਹੈ? ਠੰਡ ਬਹੁਤ ਹੋ ਗਈ ਹੈ ਜੀ, ਬਹੁਤ ਜ਼ਿਆਦਾ ਠੰਡ ਹੋ ਗਈ ਆ, ਕਿਉਂ ਸਵੇਰ ਦੇ ਹੀ ਅੱਗ ਸੇਕਣੇ, ਨਾ ਕੋਈ ਕੰਮ ਨਾ ਕੋਈ ਕਾਰ ਹੈ ਜੀ। ਇੱਕ ਮੋਦੀ ਨੇ ਪੰਗਾ ਪਾਇਆ ਜੀ, ਮੋਦੀ ਨੇ ਹੱਦੋਂ ਵੱਧ ਪੰਗਾ ਪਾਇਆ ਜੀ। ਹਾਂਜੀ ਅਸੀਂ ਤਾਂ ਚਲੋ ਇੱਥੇ ਅੱਗ ਸੇਕਣੇ, ਉੱਥੇ ਕਿਸਾਨ ਰੋਡਾਂ 'ਤੇ ਬੈਠੇ ਆ ਜੀ, ਕਿਸਾਨਾਂ ਨੇ ਬਹੁਤ ਉੱਥੇ ਧਰਨੇ ਧੁਰਨੇ ਲੱਗੇ ਆ, ਬਹੁਤ ਮਾੜਾ ਕਰਦਾ ਪਿਆ ਮੋਦੀ। ਹਾਂਜੀ ਨਹੀਂ ਤਾਂ ਖਾਣੀ ਨਹੀਂ ਪੈਂਦੀ, ਘਰ ਦੇ ਗੁਜ਼ਾਰੇ ਕਿੱਦਾਂ ਜਾਂਦੇ? ਘਰ ਦੇ ਗੁਜ਼ਾਰੇ ਵੇਖੋ ਸਾਰਾ, ਸਵੇਰ ਤੋਂ ਹੀ ਐਂ ਲੇਬਰ ਦਾ ਕੰਮ ਕਰੀਦਾ, ਸਵੇਰ ਦੇ ਇੱਥੇ ਵੇਖਣੇ ਆ, ਕੋਈ ਗੱਡੀ ਗੁੱਡੀ ਆਉਣ ਨਹੀਂ ਰਹੀ ਤੁਹਾਡੇ ਸਾਹਮਣੇ, ਅਸੀਂ ਆਪਾਂ ਅੱਗ ਦੇ ਸੇਕਣ, ਆ ਵੇਖੋ ਜਣੇ ਬੈਠੇ, ਚਾਰ ਪੰਜ ਜਣੇ ਬੈਠੇ। ਚਾਹ ਦੀ ਡਿਸਪਲੇ ਚੱਲਣ ਲੱਗ ਜੀ? ਹਾਂਜੀ ਚਾਹ ਪੀਂਦੇ ਪਏ ਫਿਰ? ਹਾਂਜੀ ਹਾਂਜੀ ਹਾਂਜੀ, ਚਾਹ ਤਾਂ ਵਾਰ ਵਾਰ ਪੀਣੀ ਪੈਣੀ ਆ ਜੀ। ਹਾਂਜੀ